ਆ ਜਿਹੜੇ ਵੀਡੀਓ ਹਨ ਤੁਸੀਂ ਇਹ ਸਾਮ੍ਹ ਕੇ ਰੱਖ ਲਿਓ ਜਿਹੜਾ ਤੁਹਾਨੂੰ ਕਿਲਾ ਦਿਖਾਉਣਾ ਹੋ ਸਕਦਾ ਕਿ ਤੁਹਾਨੂੰ ਇਸ ਤੋਂ ਬਾਅਦ ਇਹਦੇ ਦਰਸ਼ਣ ਹੀ ਨਾ ਹੋਣ ਕਿਉਂਕਿ ਇਹਦੀ ਹਾਲਤ ਆ ਜਿਹੜੀ ਉਹ ਬਹੁਤ ਖਸਤਾ ਹੋ ਚੁੱਕੀ ਆ ਕਿਸੇ ਵਕਤ ਵੀ ਇਹ ਡਿੱਗ ਸਕਦਾ ਇੱਥੇ ਪ੍ਰਸ਼ਾਸਨ ਨੇ ਲਿਖ ਕੇ ਲਾਇਆ ਕਿ ਭਾਈ ਹੁਣ ਇਹ ਖਤਰੇ ਵਾਲੀ ਜਗ੍ਹਾ ਇੱਥੇ ਨਾ ਆਇਆ ਜਾਵੇ ਬਹੁਤ ਸਾਡੀ ਟੀਮ ਦੀ ਇਹ ਮਿਹਨਤ ਵਾਲੀ ਗੱਲ ਆ ਕਿ ਏਡੀ ਖਤਰੇ ਵਾਲੀ ਜਗ੍ਹਾ ਤੇ ਜਾ ਕੇ ਇਹਨੂੰ ਫਲਮਾਇਆ ਤੇ ਫਲਮਾਉਣਾ ਜ਼ਰੂਰੀ ਓ ਸੀ ਕਿ ਜਿਸ ਦਿਨੇ ਕਿਲਾ ਟਹਿ ਗਿਆ ਇਹਦਾ ਬਹੁਤ ਹੀ ਮਾਨਮਤਾ ਜਿਹੜਾ ਇਤਿਹਾਸ ਆ ਉਹ ਵੀ ਨਾਲ ਹੀ ਢਹਿ ਢਾਰੀ ਹੋ ਕੇ ਆਪਾਂ ਕਹਿ ਸਕਦੇ ਹੰਡਰ ਹੋ ਜਾਣਾ ਆਜੋ ਪਹਿਲਾਂ ਤਾਂ ਸੁਣਦੇ ਆ ਇਸਦਾ ਇਤਿਹਾਸ ਫਿਰ ਕਰਾਂਗੇ ਇਸਦੇ ਬਾਰੇ ਹੋਰ ਵੀ ਗੱਲਬਾਤ ਸਤਿ ਸ੍ਰੀ ਅਕਾਲ ਜੀ ਅੱਜ ਫਿਰ ਬੇहद ਖਾਸ ਕਿਲਾ ਲੈ ਕੇ ਆਏ ਤੁਹਾਡੇ ਲਈ ਅਸੀਂ ਇਸ ਵਕਤ ਮੱਧ ਪ੍ਰਦੇਸ਼ ਦੇ ਵਿੱਚ ਆ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਅਸ਼ੋਕਨਗਰ ਤੇ ਸ਼ੋਗਨਗਰ ਦਾ ਇੱਕ ਕਸਬਾ ਪੈਂਦਾ ਇਸਾਗੜ ਉੱਥੇ ਆ ਤੇ ਉੱਥੇ ਇੱਕ ਕਿਲਾ ਬਣਿਆ ਹੋਇਆ ਤਕਰੀਬਨ ਕਿਹਾ ਜਾਂਦਾ ਵੀ ਜਿਹੜਾ ਇਸਾਗੜ ਸ਼ਹਿਰ ਆ ਨਾ 300 ਸਾਲ ਖੂਸਖਦੇ ਕਹਿ ਸਕਦੇ ਆ ਵੀ 300 ਸਾਲ ਹੋ ਗਿਆ ਇਸ ਬਣੇ ਨੂੰ ਸ਼ਹਿਰ ਨੂੰ ਬਣੇ ਨੂੰ ਤੇ ਉਹਨਾਂ ਵਿੜਾਂ ਦੇ ਵਿੱਚ ਇੱਕ ਕਿਲਾ ਰਿਆ ਬਣਿਆ ਸੀਗਾ ਕਿਸੇ ਸਮੇਂ ਇੱਥੇ ਅੰਗਰੇਜ਼ਾਂ ਦਾ ਕਬਜ਼ਾ ਵੀ ਰਿਹਾ ਤੇ ਸਿੰਧੀਆਂ ਪਰਿਵਾਰ ਦਾ ਕਬਜ਼ਾ ਵੀ ਰਿਹਾ ਮਤਲਬ ਗਵਾਲੀਅਰ ਸਟੇਟ ਦੇ ਅਧੀਨ ਹੁੰਦੇ ਸੀਗੇ ਤੇ ਬੜਾ ਮਸ਼ਹੂਰ ਕਿਲਾ ਸੀ ਪਰ ਸਮੇਂ ਦੇ ਨਾਲ ਜਦੋਂ ਇਤਿਹਾਸ ਆਪਾਂ ਨਹੀਂ ਤਹਰਾਉਂਦੇ ਜਾਂ ਅਗਲੀਆਂ ਪੀੜ੍ਹੀਆਂ ਤੱਕ ਨਹੀਂ ਲੈ ਕੇ ਜਾਂਦੇ ਤਾਂ ਉਹ ਚੀਜ਼ ਘਟ ਜਾਂਦੀ ਆ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਲੇ ਨੇ ਜਿੰਨਾ ਬਾਰੇ ਆਪਾਂ ਕਈ ਵਾਰੀ ਇਤਿਹਾਸ ਆਪਾਂ ਹੌਲੀ ਹੌਲੀ ਕੱਢਦੇ ਜਾਂਦੇ ਕਰਕੇ ਉਹ ਭੁੱਲ ਰਹੇ ਨੇ ਤਾਂ ਉਵੇਂ ਹੀ ਇਸ ਕਿਸਮ ਦੇ ਕਿਲੇ ਵੀ ਸਾਥੋਂ ਗਵਾਚ ਰਹੇ ਨੇ ਤੇ ਸਾਡੀ ਕੋਸ਼ਿਸ਼ ਆ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਫਲਮਾਈਏ ਤੇ ਦਿਖਾਈਏ ਮੈਂ ਤੁਹਾਨੂੰ ਦੱਸ ਦਿਆਂ ਵੀ ਕਿਸੇ ਸਮੇਂ ਕਿਹਾ ਜਾਂਦਾ ਵੀ ਸ਼੍ਰੀ ਕ੍ਰਿਸ਼ਨ ਦੇ ਵੰਸ਼ਸ਼ ਜਦੂ ਜਦੂ ਦੇ ਵਿੱਚ ਵੀ ਗਾਂ ਬਹੁਤ ਸਾਰੇ ਆ ਜਾਂਦੀਆਂ ਉਹਨਾਂ ਦੇ ਗਾਂ ਵੰਡਾਂ ਹੋਰ ਆ ਜਾਂਦੀਆਂ ਮਤਲਬ ਵਰਗੀਕਰਨ ਕਰੀਏ ਤਾਂ ਬਹੁਤ ਸਾਰੀਆਂ ਅਹੀਰ ਰਾਜਪੁੱਤਰ ਰਾਜੇ ਆ ਜਾਂਦੇ ਆ ਖਿੰਚੀ ਆ ਜਾਂਦੇ ਆ ਬਹੁਤ ਆ ਜਾਂਦੇ ਆ ਤਾਂ ਉਹਨਾਂ ਦਾ ਵੀ ਇੱਥੇ ਕਬਜ਼ਾ ਰਿਹਾ ਵੀ ਉਹਨਾਂ ਨੇ ਨੇੜ ਤੇ ਡਾ ਕੇ ਸ਼ਹਿਰ ਨੂੰ ਵਸਾਇਆ ਸੀ ਕਿਸੇ ਸਮੇਂ ਪਹਿਲੀਆਂ ਦੀ ਗੱਲ ਆ ਹੌਲੀ ਹੌਲੀ ਉਹ ਤਬਾਹ ਹੁੰਦੇ ਗਏ ਜਾਂ ਹੋਰ ਨਵੀਆਂ ਨਸਲਾਂ ਇਧਰੋਂ ਉਧਰੋਂ ਆਉਂਦੀਆਂ ਰਹੀਆਂ ਇਕੱਠੇ ਹੁੰਦੇ ਰਹੇ ਤੇ ਸੋਨੂੰ ਮੈਂ ਦੱਸ ਦਿਆਂ ਵੀ ਕਿਸੇ ਸਮੇਂ ਇਹਦਾ ਨਾਂ ਆਪਣਾ ਹਨੂਮਾਨਗੜ ਰੱਖਣ ਦੀ ਵੀ ਕੋਸ਼ਿਸ਼ ਕੀਤੀ ਗਈ ਖਿੰਚੀ ਰਾਜਾਂ ਨੇ ਕਿਉਂਕਿ ਯਕੀਨਨ ਹਨੂਮਾਨ ਸਰੂਪਤਾ ਹੈ ਕਿ Hindu ਧਰਮ ਦੇ ਵਿੱਚ ਇੱਕ ਬਹੁਤ ਸਤਕਾਰਤ ਕਹੋ ਕਿ ਸ਼ਖਸੀਅਤ ਦਾ ਨਾਮ ਆ ਤਾਂ ਉਹਨੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਲੋਕਾਂ ਦੀ ਜ਼ੁਬਾਨ ਤੇ ਤਾਂ ਹੁਨੂਮਾਨਗੜ੍ਹ ਲਫ਼ਜ਼ ਆ ਗਿਆ ਪਰ ਕਾਗਜ਼ਾਂ ਦੇ ਵਿੱਚ ਨਹੀਂ ਸੀ ਆਇਆ ਉਸ ਤੋਂ ਬਾਅਦ ਇਹਦਾ ਨਾ ਬਹਾਦਰਗੜ੍ਹ ਰੱਖਿਆ ਗਿਆ ਜਿਹੜਾ ਕਿ ਕਾਗਜ਼ਾਂ 'ਚ ਸੀਗਾ ਫਿਰ ਉਸ ਤੋਂ ਬਾਅਦ ਵਾਰੀ ਆਈ ਜohn ਵਿਪਟਸ ਦੀ ਇਹ ਕੌਣ ਸੀ ਅੰਗਰੇਜ਼ ਅਫਸਰ ਸੀਗਾ ਉਹਨੇ ਇਹਦਾ ਨਾਂ ਇਸਾਗੜ੍ਹ ਧਰਤਾ ਸੀ ਤੇ ਸਾਨੂੰ ਪਤਾ ਹੀ ਜohn ਵਿਪਟਸ ਅੰਗਰੇਜ਼ਾਂ ਦਾ ਅਧਿਕਾਰੀ ਸੀਗਾ ਤੇ ਸਿੰਧੀਆਂ ਤੇ ਅੰਗਰੇਜ਼ਾਂ ਦੀ ਸੰਧੀ ਹੋ ਗਈ ਸੀ ਆਪਸ ਦੇ ਵਿੱਚ ਇਸੇ ਕਰਕੇ ਜਿਹੜਾ ਸੀਗਾ ਜohn baptist ਉਹ ਇੱਥੇ ਹੀ ਰਹਿੰਦਾ ਹੁੰਦਾ ਸੀ ਇਸ ਕਿਲੇ ਦੇ ਵਿੱਚ ਰਹਿੰਦਾ ਹੁੰਦਾ ਸੀ ਉਹਨੇ ਈਸਾਗੜ ਕਿਉਂ ਨਾਂ ਰੱਖਿਆ ਕਿਉਂਕਿ ਈਸਾ ਮਸੀਹ ਦੇ ਨਾਂ ਤੇ ਕਿਉਂਕਿ ਉਹ ਈਸਾਈ ਸੀ ਤਾਂ ਉਹਨੇ ਆਪਣੇ ਈਸਾਈ ਗੁਰੂ ਦੇ ਤਹਿਤ ਜਾਂ ਆਪਣੇ ਪੈਗੰਬਰ ਦੇ ਨਾਂ ਦੇ ਉੱਤੇ ਹੀ ਇਸ ਸ਼ਹਿਰ ਦਾ ਨਾਂ ਰੱਖਤਾ ਈਸਾ ਗੜ ਨੂੰ ਆਪਾਂ ਲੈ ਸਕਦੇ ਹਾਂ ਕਿ ਲਫ਼ਜ਼ ਪੰਜਾਬੀ ਚ ਵੀ ਸੇਮ ਆ ਤੇ ਹਿੰਦੀ ਦੇ ਵਿੱਚ ਵੀ ਤੇ ਕਿਲੇ ਤੋਂ ਇੱਕ ਚਾਰ ਦੀਵਾਰੀ ਤੋਂ ਕਹਿ ਸਕਦੇ ਹਾਂ ਕਿ ਸੁਰੱਖਿਅਤ ਖੇਤਰ ਗੜ ਗੜ ਇੱਥੋਂ ਲਿਆ ਗਿਆ ਸ਼ਬਦ ਇਹ ਤੇ ਇਸੇ ਕਰਕੇ ਇਸਸਾ ਦੇ ਨਾਲ ਗੜ ਸ਼ਬਦ ਲੱਗ ਕੇ ਇਹਦਾ ਨਾ ਇਸਸਾਗੜ ਪੈ ਗਿਆ ਸੀ ਕਿਹਾ ਜਾਂਦਾ ਵੀ ਇਹਦੇ ਨਾਲ ਤਿੰਨ ਦਰਵਾਜ਼ੇ ਹੁੰਦੇ ਸੀ ਵੱਡੇ ਤੇ ਨਾਲ ਦੀ ਨਾਲ ਜੇ ਆਪਾਂ ਇਹਨੂੰ ਵੇਖਦੇ ਆਂ ਤੇ ਨਾਲ ਦੀ ਨਾਲ ਆਪਾਂ ਹੋਰ ਗੱਲਾਂ ਵੀ ਕਰਦੇ ਆਂ ਆਹ ਚੱਲ ਗਏ ਜਦੋਂ ਨਾ ਗਵਾਲੀਅਰ ਇੱਕ ਸਟੇਟ ਹੁੰਦਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਇਹ ਪਰਗਣਾ ਸੀ ਜਿਵੇਂ ਆਪਾਂ ਅੱਜ ਕੱਲ੍ਹ ਤਹਿਸੀਲ ਕਹਿ ਦਿੰਦੇ ਆਂ ਉਦੋਂ ਪਰਗਣਾ ਕਹਿ ਦਿੰਦੇ ਸੀਗੇ ਤੇ ਜੇ ਆਪਾਂ ਮੋਟਾ ਜਿਹਾ ਹਿਸਾਬ ਲਾઈએ ਨਾ ਵੀ ਜਿੱਥੋਂ ਸਾਡੀ ਟੀਮ ਤੁਰੀ ਉੱਥੋਂ ਇਹ 11-1200 ਕਿਲੋਮੀਟਰ ਦੂਰ ਆ ਇੰਨੀ ਦੂਰ ਜਾ ਕੇ ਸਿਰਫ ਇਹ ਖਬਰ ਮਿਲਣ ਤੇ ਹੀ ਫਲਮਾਇਆ ਬਈ ਭਾਈ ਇਹਨੇ ਡਿੱਗ ਪੈਣਾ ਕਿਸੇ ਦਿਨ ਵੀ ਤੇ ਹਰ ਭੇਜ ਹੁਣ ਜੋਂ ਭੱਜੇ ਤੇ ਜਾ ਕੇ ਫਲਮਾ ਕੇ ਲਿਆਏ ਤੇ ਹੁਣ ਭਰਾ ਬਣ ਕੇ ਫਿਰ ਸ਼ੇਅਰ ਕਰ ਲੋ ਇਹਨੂੰ ਸੰਭਲੋ ਆਈਡੀਆਂ ਦੇ ਵਿੱਚ ਤੇ ਇਹ ਕਿਸੇ ਵਕਤ ਵੀ ਡਿੱਗ ਸਕਦਾ ਦਰਸ਼ਕੋ ਸੁਣੋ ਮੈਂ ਦੱਸ ਦਿਆਂ ਵੀ ਇਸ ਸ਼ਹਿਰ ਦੇ ਹਿੱਸਾ ਘੜ ਦੇ ਤਿੰਨ ਦਰਵਾਜੇ ਹੁੰਦੇ ਸੀਗੇ ਇੱਕ ਚੰਦੇਰੀ ਦਰਵਾਜਾ ਜੋ ਚੰਦੇਰੀ ਦੇ ਤਰਫ ਖੁੱਲਦਾ ਸੀ ਚੰਦੇਰੀ ਤੁਹਾਨੂੰ ਪਤਾ ਹੀ ਆ ਜਿਹੜਾ ਇੱਕ ਵੀਡੀਓ ਆਪਾਂ ਅਲੈਦਾ ਤੋਂ ਬਣਾ ਕੇ ਆਪਣੇ ਚੈਨਲ ਤੇ ਪਾਈ ਹੋਈ ਆ ਉਹਦਾ ਉਹ ਮਤਲਬ ਚੰਦੇਰੀ ਸ਼ਿਸ਼ੂ ਪਾਲਸੀ ਸ਼੍ਰੀ ਕ੍ਰਿਸ਼ਨ ਦੀ ਭੂਆ ਦਾ ਮੁੰਡਾ ਉਹਦੇ ਨੇ ਉਹਨੇ ਵਸਾਈ ਸੀ ਵਸਾਇਆ ਸੀ ਸ਼ਹਿਰ ਉਹਦੇ ਨਾਮ ਤੇ ਆ ਤੇ ਇੱਕ ਹੈਗਾ ਵਾ ਸ਼ੋਪਰ ਦਰਵਾਜਾ ਜਿਹੜਾ ਕਿ ਸ਼ੋਪਰ ਵਾਲੇ ਪਾਸੇ ਖੁੱਲਦਾ ਤੇ ਇਹਨਾਂ ਦੇ ਵਿੱਚਕਾਰ ਵਪਾਰ ਬਹੁਤ ਤਕੜਾ ਚੱਲਦਾ ਹੁੰਦਾ ਸੀ ਸ਼ੋਪਰ ਦੇ ਦਰਮਿਆਨ ਹੁਣ ਚੰਦੇਰੀ ਦੇ ਵਿੱਚ ਵੀ ਵਪਾਰ ਕੱਪੜੇ ਦਾ ਬਹੁਤ ਤਕੜਾ ਰਿਹਾ ਵਾ ਕਿਉਂਕਿ ਚੰਦੇਰੀ ਦੀਆਂ ਸਾਰੀਆਂ ਦੁਨੀਆ ਦੇ ਵਿੱਚ ਮਸ਼ਹੂਰ ਨੇ ਤੇ ਇਹ ਹੈ ਇੱਕ ਦਰਵਾਜਾ ਤੁਸੀਂ ਖਿੜਕੀ ਦਰਵਾਜਾ ਉਹਦਾ ਕੰਮ ਹੋ ਸੀਗਾ ਉਹ ਖਿੜਕੀ ਦਰਵਾਜਾ ਗੁਪਤ ਦਰਵਾਜਾ ਸੀ ਇਸ ਕਿਸਮ ਦਾ ਮੰਨ ਲਓ ਵੀ ਕੋਈ ਕਿਰੇ ਤੇ ਹਮਲਾ ਹੁੰਦਾ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਥੋਂ ਦੀ ਭੱਜਣ ਨੂੰ ਜਾਂ ਉਹ ਸੁਰੱਖਤਾਂ ਤੇ ਜਾਣ ਦੇ ਲਈ ਉਹ ਥਾਂ ਸੀਗਾ ਉਹ ਖਿੜਕੀ ਦਰਵਾਜਾ ਸੀ ਪਰ ਉੱਥੇ ਵੀ ਵਪਾਰ ਚੱਕੜਾ ਚੱਲਦਾ ਰਿਹਾ ਸ਼ਹਿਰ ਦਾ ਬਹੁਤ ਵੱਡਾ ਨਾ ਏਰੀਏ ਦੇ ਵਿੱਚ ਕਹਿ ਸਕਦੇ ਆ ਕਿ ਪੁਰਾਣੇ ਸ਼ਹਿਰਾਂ ਦੇ ਵਿੱਚੋਂ ਦਾ ਜਦੋਂ ਤੁਸੀਂ ਇੱਥੇ ਆਉਗੇ ਤੁਹਾਡੀ ਕਲਾਕਾਰੀ ਨੂੰ ਵੇਖੋਗੇ ਤਾਂ ਬਹੁਤ ਕੌਸ਼ਤ ਨੂੰ ਪੁਰਾਣੇ ਬਾਜ਼ਾਰ ਮਿਲਣਗੇ ਤੇ ਚਾਰੇ ਪਾਸੇ ਹਰਿਆ ਭਰਿਆ ਸੀ ਇਹਦੇ ਚਾਰੇ ਪਾਸੇ ਪਾਣੀ ਭਰਿਆ ਹੁੰਦਾ ਸੀਗਾ ਪਹਾੜ ਵੀ ਨੇ ਤੇ ਪਾਣੀ ਵੀ ਭਰਿਆ ਹੁੰਦਾ ਸੀ ਸੁਰੱਖਿਆ ਪੱਖ ਤੋਂ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਸੀ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਹਨੂਮਾਨਗੜ੍ਹ ਨਾਂ ਰੱਖਣ ਦੀ ਕੋਸ਼ਿਸ਼ ਕੀਤੀ ਗਈ ਤਕਰੀਬਨ ਖਿੰਚੀਆਂ ਦਾ ਇੱਥੇ 6-7 ਸਾਲ ਹੀ ਰਾਜ ਰਿਆ ਤੁਨੇ ਸਮੇਂ ਦਰਿਆਨ ਫਿਰ ਤੁਹਾਨੂੰ ਪਤਾ ਵੀ ਥੋੜਾ ਸਮਾਂ ਸੀਗਾ ਤੇ ਇਸ ਕਰਕੇ ਰਾਜ ਨਹੀਂ ਸੀ ਹੋ ਪਾਇਆ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਮਿਥਾਂ ਜੁੜੀਆਂ ਹੋਈਆਂ ਨੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਦਰਸ਼ਕੋ ਸੁਣਨੂ ਮੈਂ ਗੱਲ ਦੱਸਦਿਆਂ ਬਿਚਾਰੇ ਪਾਸੇ ਤੋਂ ਪਹਾੜ ਵੀ ਨਜ਼ਰ ਆ ਰਹੇ ਹੋਣਗੇ ਮੇਰੇ ਮਗਰ ਦੂਰ ਤੱਕ ਵੇਖੋਗੇ ਨਾ ਪਹਾੜੀ ਪਹਾੜ ਨੇ ਤੇ ਚਾਰੇ ਪਾਸੇ ਪਾਣੀ ਭਰਿਆ ਹੁੰਦਾ ਸੀ ਜਿੱਥੋਂ ਕੰਦਾਂ ਵੀ ਸਾਫ਼ ਨਜ਼ਰ ਆਉਂਦੀਆਂ ਨੇ ਤੇ ਇੱਥੇ ਦੱਸਦੇ ਮੈਂ ਇੱਕ ਕਹਾਣੀ ਇਹ ਆ ਬਿੱਥੋਂ ਤੱਕ ਰਾਜਾ ਹੁੰਦਾ ਸੀ ਉਹਦਾ ਨਾਂ ਨਹੀਂ ਪਤਾ ਲੱਗਿਆ ਸਾਨੂੰ ਅਸੀਂ ਬਜ਼ਾਰਾਂ 'ਚ ਬੜਾ ਘੁੰਮ ਕੇ ਕੁਝ ਵਿਦਵਾਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਨਾਂ ਨਹੀਂ ਪਤਾ ਲੱਗਿਆ ਹੋਸਾ ਦਾ ਕੋਈ ਮੈਥੀ ਹੋਵੇ ਉਹ ਕਹਿੰਦੇ ਵੀ ਨਾ ਕਿਸੇ ਨੇ ਚੁਗਲੀ ਕਰਤੀ ਸੀ ਮੰਤਰੀ ਨੇ ਰਾਜੇ ਦੀ ਸਿੰਧੀਆਂ ਨੂੰ ਜਾ ਕੇ ਭਾਈ ਜਿਹੜਾ ਸਾਡਾ ਰਾਜਾ ਉਹ ਕਹਿੰਦਾ ਮੈਂ ਨਹੀਂ ਟੈਕਸ ਦਿਆ ਕਰਨਾ ਤੈਨੂੰ ਅੱਗੇ ਕੀ ਕੀ ਹੁੰਦਾ ਸੀ ਕਿ ਰਾਜੇ ਉਗਰਾਹ ਕੇ ਟੈਕਸ ਲਿਆਂਦੇ ਹੁੰਦੇ ਸੀ ਕਿ ਜੇ ਛੋਟੇ ਛੋਟੇ ਜਮਾ ਜਿੰਗੀਰਦਾਰ ਹੁੰਦੇ ਸੀ ਨਾ ਉਹਨਾਂ ਨੂੰ ਟੈਕਸ ਵੱਡੇ ਰਾਜ ਨੂੰ ਜਾਂਦਾ ਸੀ ਤੇ ਜਿਹੜਾ ਇਹ ਬੰਦਾ ਸੀ ਇਹ ਬੰਦਾ ਬਹੁਤ ਭਲੇ ਮਾਨ ਸੀਗਾ ਕਿਉਂਕਿ ਸਿੰਧਿਆ ਪਰਿਵਾਰ ਤਿੰਨ ਚਾਰ ਸਾਲ ਬਾਅਦ ਇਕੱਠਾ ਕਰਕੇ ਲੈ ਕੇ ਜਾਂਦਾ ਸੀ ਕਰ ਤੇ ਨੇ ਕੀ ਕੀਤਾ ਕਿ ਸਾਰਾ ਰਿਕਾਰਡ ਇੱਕ ਲਿਸਟਾਂ ਤਹਿਤ ਬਣਾ ਕੇ ਰੱਖਿਆ ਹੋਇਆ ਸੀਗਾ ਭਾਈ ਜਦੋਂ ਰਾਜ ਆਇਆ ਤਾਂ ਮੈਂ ਉਹ ਦੇਵਾਂਗਾ ਪਰ ਉਹਨੇ ਚੁਗਲੀ ਕਰਤੀ ਗਾਂ ਜਾ ਕੇ ਤੇ ਗਾਂ ਸਿੰਧਿਏ ਹੋਣਾ ਦਾ ਪਰਿਵਾਰ ਵੀ ਉਵੇਂ ਹੀ ਸੀਗਾ ਉਹ ਕਹਿੰਦਾ ਵੀ ਇਹਦੀ ਕੀ ਮਜਾਲਾ ਸਾਨੂੰ ਟੈਕਸ ਨਾ ਦੇਵੇ ਕਦੇ ਮੁਲਾਕਾਤ ਲਈ ਇਸ ਬੁਲਾਇਆ ਗਿਆ ਜਦੋਂ ਮੁਲਾਕਾਤ ਲਈ ਬੁਲਾਇਆ ਰਾਹ ਦੇ ਵਿੱਚ ਤੋਥੀ ਹਮਲਾ ਕਰਤਾ ਤੇ ਉੱਥੇ ਹੀ ਉਹ ਖਤਮ ਕਰਤਾ ਜਦੋਂ ਬਾਅਦ ਦੇ ਵਿੱਚ ਗੱਲ ਅਸਲ ਪਤਾ ਲੱਗ ਗਈ ਭਾਈ ਉਹ ਤਾਂ ਟੈਕਸ ਦੇਣ ਦੇ ਲਈ ਤਿਆਰ ਸੀ ਕਿ ਉਹਦੀ ਕਿਤਾਬ ਮਿਲੀ ਜਦੋਂ ਵੀ ਉਹ ਤਾਂ ਟੈਕਸ ਦੇਣ ਦੀ ਸਾਰਾ ਰਿਕਵਰ ਰੱਖੀ ਬੈਠਾ ਸੀ ਵੀ ਨਾ ਮਹਾਰਾਜ ਜਿੰਦਾਵਾ ਚੜਾਊਗਾ ਤਾਂ ਫਿਰ ਉਦੋਂ ਬਾਅਦ ਦੇ ਵਿੱਚ ਉਸ ਮੰਤਰੀ ਨੂੰ ਵੀ ਉਹਦੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਕਤਲ ਕਰ ਦਿੱਤਾ ਗਿਆ ਸੀ ਮਤਲਬ ਇਹ ਜੇ ਕਮਤਰਾ ਰਾਜਿਆਂ ਦੇ ਹੁੰਦੇ ਸੀ ਇਹ ਖੋਰ ਸੌਂ ਦੇ ਵਿੱਚ ਆਇਆ ਸੀਗਾ ਕਿ ਜਿਹੜੇ ਨੇੜਲੇ ਏਰੀਏ ਸੀਗੇ ਤੇ ਜੰਗੀਰਦਾਰ ਉਹ ਸਿੰਧਿਆ ਰਾਜ ਦੇ ਲਈ ਫੌਜਾਂ ਵੀ ਤਿਆਰ ਕਰਦਾ ਹੁੰਦਾ ਸੀ ਪਰ ਵੀ ਉਹਨਾਂ ਨੇ ਚੂਲੀ ਇਹ ਵੀ ਨਾਲ ਕਰਤੀ ਸੀ ਵੀ ਇਹ ਤੈਨੂੰ ਮਾਰਨ ਦੇ ਲਈ ਤੇਰੀ ਲੜਾਈ ਲੜਨਦੇ ਰਹੀਏ ਫੌਜਾਂ ਤਿਆਰ ਆਪਣੇ ਲਈ ਕਰ ਰਿਆ ਨਾ ਕਿ ਤੇਰੇ ਲਈ ਮਤਲਬ ਇਦਾਂ ਦੀਆਂ ਗੱਲਾਂ ਕਰਕੇ ਕੰਨ ਭਰ-ਭਰ ਕੇ ਸਿੰਧੀਆਂ ਦੇ ਵੀ ਇਸ ਰਾਜੇ ਨੂੰ ਖਤਮ ਕਰਵਾਤਾ ਸੀ ਤੇ ਹੁਣ ਸੁਣੋ ਮੈਂ ਦੱਸ ਦਿਆਂ ਵੀ ਆਹ ਜਿਹੜਾ ਇੱਥੇ ਪਸੀ ਇਮਾਰਤ ਤੀਜੀ ਬਿਲਡਿੰਗ ਆ ਇਹ ਇਹ ਡੱਗ ਚੁੱਕੀ ਆ ਜਿਵੇਂ ਡੱਗ ਚੁੱਕੀ ਆ ਮਗਰ ਖੰਡਰ ਬਣ ਚੁੱਕੇ ਆ ਇਹ ਕਿਸੇ ਜohn baptist ਨੇ ਬਣਵਾਈ ਸੀ ਇਹ ਜਿਹੜਾ ਇਹਦਾ ਆਕਾਰ ਆ ਬਣਵਾਉਣ ਦੀ ਸ਼ੈਲੀ ਜੋ ਪਤਾ ਲੱਗਿਆ ਵਿਦਵਾਨਾਂ ਤੋਂ ਜohn baptist ਸੀ ਉਹਨੇ ਬਣਵਾਈ ਸੀ ਤੇ ਸਧਾਰਨ ਲੋਕ ਇੱਥੋਂ ਦੇ ਜਾਨ 32 ਕਹਿੰਦੇ ਹੁੰਦੇ ਸੀਗੇ ਮਤਲਬ ਪੂਰਾ ਨਾਮ ਨਹੀਂ ਸੀ ਲੈਣਾ ਹੁੰਦਾ ਤੇ ਜਾਨ 32 ਸ ਕਹਿ ਕੇ ਡੰਗਸਾਰ ਲੈਂਦੇ ਸੀ ਇਸ ਕਿਸਮ ਦੇ ਸੀਗੇ ਅੱਜ ਉਸ ਨੂੰ ਮੈਂ ਦਿਖਾਵਾਂ ਵੀ ਇੱਤਰ ਆਹ ਪਿੱਲਰ ਇਸ ਪੱਥਰਾਂ ਦੇ ਘੜ ਘੜ ਕੇ ਬਣਾਏ ਗਿਆ ਦੇਖੋ ਸਾਰਾ ਵੱਡਾ ਪੱਥਰ ਆ ਫਿਰ ਚਿੰਖਾਰੀਆਂ ਤੇ ਫੁੱਲ ਬਣਾਏ ਗਏ ਆ ਸਾਰਾ ਹੀ ਚੂਨੇ ਨਾਲ ਬਣਿਆ ਮੈਂ ਫਿਰ ਕਹੂੰਗਾ ਕਿ ਚੂਨੇ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਸੀ ਜਿਹੜੇ ਸਦੀਆਂ ਪੁਰਾਣੇ ਬਣੇ ਕਿਲੇ ਵੀ ਹਜੇ ਤੱਕ ਸਹੀ ਸਲਾਮਤ ਖੜੇ ਨੇ ਆ ਦੇਖੋ ਆਕਾਰ ਦੇ ਪਖੋ ਟੇਡਾ ਚੀਜ਼ ਜਿਵੇਂ ਆਪਾਂ ਵਿਦੇਸ਼ਾਂ 'ਚ ਦੇਖਦੇ ਆ ਉਸ ਤਰੀਕੇ ਨਾਲ ਆਕਾਰ 'ਚ ਬਣਾਏ ਗਏ ਮਤਲਬ ਇਹਨੂੰ ਫ੍ਰਾਂਸੀਸੀ ਕਲਾ ਕਹਿੰਦੇ ਆ ਕਿਉਂਕਿ ਜਦੋਂ ਜohn baptist ਸੀ ਫ੍ਰਾਂਸੀ ਸੀਗਾ ਤੇ ਫ੍ਰਾਂਸੀਆਂ ਦੀ ਕਲਾ ਸੀਗੇ ਉਸ ਇਸ ਤਰੀਕੇ ਨਾਲ ਮਕਾਨ ਵਗੈਰਾ ਬਣਾਉਂਦੇ ਸੀ ਕਿਉਂਕਿ ਪੰਜਾਬ 'ਚ ਘਰ ਪਾਉਣ ਦੀ ਕਲਾ ਵੱਖਰੀ ਆ ਮੱਧ ਪ੍ਰਦੇਸ਼ ਰਾਜਸਥਾਨ 'ਚ ਘਰ ਪਾਉਣ ਦੀ ਕਲਾ ਵੱਖਰੀ ਆ ਇਸੇ ਤਰੀਕੇ ਨਾਲ ਫ੍ਰਾਂਸ ਵਗੈਰਾ ਹੋਰ ਵਿਦੇਸ਼ਾਂ ਦੀ ਕਲਾ ਵੀ ਵੱਖੋ ਵੱਖਰੀ ਹੁੰਦੀ ਆ ਤੇ ਸਾਰਾ ਡੱਗ ਚੁੱਕਿਆ ਮਤਲਬ ਤਰਸ਼ੀਆਂ ਸਰੇਟਾਂ ਪਾਈਆਂ ਹੋਈਆਂ ਨੇ ਇਧਰਲੇ ਪਾਸੇ ਮਗਰ ਪਹਾੜ ਯਾਰ ਮੈਂ ਕਹਿੰਦਾ ਕਿੱਡੀ ਰੰਗਿਨੀ ਤੇ ਕਿੰਨੀਆਂ ਮਹਿਫਲਾਂ ਸਜਦੀਆਂ ਸੀ ਇੱਥੇ ਇੱਕ ਵਾਰ ਤੁਹਾਨੂੰ ਹੋਰ ਦੱਸ ਦਿਆਂ ਆ ਨਿੱਕੀ ਨਿੱਕੀ ਇੱਟ ਵੀ ਲੱਗੀ ਹੋਈ ਆ ਮਤਲਬ ਆ ਨਿੱਕੇ ਨਿੱਕੇ ਇੱਟਾਂ ਚੂਨੇ ਦੇ ਨਾਲ ਲਾਈਆਂ ਹੋਈਆਂ ਵਾ ਗੱਡ ਕੇ ਤੇ ਹਜੇ ਤੱਕ ਵੀ ਖੜੀਆਂ ਪਰ ਸਰਕਾਰਾਂ ਦੀ ਨਲਾਕੀ ਕਰਕੇ ਸਾਰਾ ਕੁਝ ਡੱਗ ਰਿਹਾ ਨਹੀਂ ਤਾਂ ਸੰਭਾਇਆ ਜਾ ਸਕਦਾ ਸੀ ਬਹੁਤ ਸੋਹਣਾ ਟੂਰਿਜ਼ਮ ਦੇ ਤੌਰ ਤੇ ਹੀ ਮੈਂ ਕਹਿੰਨਾ ਵੀ ਭਾਰਤ ਨੂੰ ਲੱਖਾਂ ਕਰੋੜਾਂ ਦੀ ਕਮਾਈ ਹੋ ਸਕਦੀ ਆ ਜੇ ਟੂਰਿਜ਼ਮ ਨੂੰ ਹੀ ਸੰਭ ਲੈਣਾ ਮਤਲਬ ਸਾਰਾ ਹੁਣ ਡਿੱਗਿਆ ਪਿਆ ਆ ਜੋ ਤੁਸ ਨੂੰ ਮੈਂ ਹੋਰ ਥੱਲੇ ਲੈ ਕੇ ਚੱਲਣਾ ਪੌੜੀਆਂ ਤੇ ਕਿਉਂਕਿ ਇਹ ਤੀਜੀ ਮੰਜ਼ਲ ਸੀ ਇੱਕ ਮੰਜ਼ਲ ਆਪਾਂ ਵੇਖ ਲਈ ਇੱਕ ਉਹਦੇ ਥੱਲੇ ਵੀ ਮੰਜ਼ਲ ਸੀਗੀ ਉਹ ਇਸ ਵਕਤ ਬੰਦ ਹੋ ਚੁੱਕੀ ਆ ਤੁਸੀਂ ਮੇਰੇ ਮਗਰ ਮਗਰ ਆ ਰਹੇ ਹੋ ਤਾਂ ਆਊ ਮੜਾ ਜਾਂ ਨਾਲ ਜਿਹੜੀਆਂ ਪੌੜੀਆਂ ਵੀ ਆ ਨਾ ਇਹ ਵੀ ਪੱਥਰ ਦੀਆਂ ਆਂ ਵੱਡੀਆਂ ਸਲੇਟਾਂ ਆ ਦੇਖੋ ਵੱਡੇ ਵੱਡੇ ਪੀਸੀ ਚਣਕੀ ਉਸੇ ਕਿਸਮ ਦੇ ਨਾਲੇ ਪੌੜੀਆਂ ਬਣਾਈਆਂ ਗਈਆਂ ਹੁਣ ਆਪਾਂ ਸੀਮਟ ਲਾ ਕੇ ਉਤੋਂ ਦੇ ਪੱਥਰ ਲਾਉਨੇ ਆ ਇਹ ਸਿੱਧਾ ਲਾਉਂਦੇ ਹੀ ਪੱਥਰ ਸੀਗੇ ਮਤਲਬ ਖੂਬਸੂਰਤੀ ਦੇ ਪੱਖ ਤੋਂ ਕੋਈ ਵੀ ਕੰਪਰੋਮਾਈਜ਼ ਮਤਲਬ ਛੱਡਦੇ ਨਹੀਂ ਸੀ ਮਤਲਬ ਤਕੜੇ ਸੀ ਕੰਮ ਆਹ ਦੇਖੋ ਇੱਥੋਂ ਦੀ ਆਹ ਰੱਖਿਓਂਦੇ ਸੀ ਬਰੂਦ ਦਾ ਗੰਡ ਨੂੰ ਤੇ ਇੱਥੋਂ ਦੀ ਮਤਲਬ ਨਾਲ ਪਾ ਕੇ ਹਮਲਾ ਕਰਨਾ ਤਾਂ ਸੁਰੱਖਿਆ ਪੱਖ ਤੋਂ ਸਾਰੇ ਕਿਲੇ ਦੀ ਕੰਧ ਦੇ ਵਿੱਚ ਮੂਰੀਂ ਮਘੋਰੇ ਹੁੰਦੇ ਸੀਗੇ ਤੇ ਮਤਲਬ ਕੋਈ ਲੋੜ ਪੈ ਜੇ ਤਾਂ ਹਵਾ ਦੇ ਵੀ ਵਧੀਆ ਸੀਗੇ ਇਧਰਾ ਥੱਲੇ ਜਾਂਦੀ ਹੈ ਭੋਰੇ ਦੇ ਵਿੱਚ ਮੇਰੇ ਨਾਲ ਕੈਮਰਾਮੈਨ ਹਰਨੇਕ ਸਿੱਧੂ ਆ ਜਿਹਦਾ ਹਣੀ ਬਲੌਗਸ ਪੇਜ ਵੀ ਚੱਲਦਾ ਵਾ ਤੁਸੀਂ ਉਹਨੂੰ ਵੀ ਸਪੋਰਟ ਕਰਿਓ ਆ ਦੇਖੋ ਇੱਧਰ ਦਰਵਾਜੇ ਨੇ ਰਗਾਂ ਬੰਦ ਦਾ ਤੇ ਖਤਰਨਾਕ ਜਿਹਾ ਕੰਮ ਆਪਾਂ ਗਾਂ ਨਹੀਂ ਜਾਵਾਂ ਕਿੱਥੋਂ ਖੜ ਕੇ ਵੇਖ ਸਕਦੇ ਆ ਵੀ ਇਸ ਕਿਸਮ ਦੇ ਨਾਲ ਇੱਧਰ ਸਾਰਾ ਇਹ ਬਣਿਆ ਹੋਇਆ ਵਾ ਤੇ ਇੱਕ ਸੋਨੂੰ ਮੈਂ ਹੋਰ ਵਿਖਾ ਦਿਆਂ ਵੀ ਥੱਲੇ ਪੌੜੀਆਂ ਉਤਰ ਕੇ ਬੜੇ ਸੋਹਣੇ ਹਾਥੀਆਂ ਦੇ ਵਾਂਗੂ ਜਾਂ ਘੋੜਿਆਂ ਵਾਂਗੂ ਡਿਜ਼ਾਈਨ ਪਏ ਹੋਏ ਆ ਇਹਨਾਂ ਨੇ ਤੇ ਇੱਧਰ ਹੀ ਸੋਨੂੰ ਦਿਖਾਉਣਾ ਮੇਰੇ ਨਾਲ ਤੁਰੇ ਆਇਓ ਦੇਖੋ ਆ ਦੇਖੋ ਕਿਸ ਕਿਸਮ ਦੇ ਨਾਲ ਵੱਡੇ ਵੱਡੇ ਪੱਥਰਾਂ ਨੂੰ ਘੜ ਕੇ ਬਣਾਏ ਗਿਆ ਸਾਰੇ ਮਤਲਬ ਆਕਾਰ ਦੇ ਪੱਖੋਂ ਵੀ ਬੜੇ ਖੂਬਸੂਰਤ ਹੈ ਨਾ ਕਿੰਨੀ ਕਿੰਨੀ ਮਿਹਨਤ ਨਾਲ ਚੜਾਈ ਹੋਣੀ ਕਿ ਜਿੰਨਾ ਵੇਲੇ ਦੇ ਵਿੱਚ ਕੋਈ ਜੀਸੀਬੀ ਗੇ ਵਗੈਰਾ ਨਹੀਂ ਸੀ ਹੁੰਦੀ ਕੋਈ ਹੋਰ ਸਾਧਨ ਦਾ ਤਕੜਾ ਨਹੀਂ ਸੀ ਹੁੰਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਫੈਟ ਕਰੀ ਗਏ ਤੇ ਜੇ ਹੁਣ ਘਰ ਪਾਉਣ ਲੱਗ ਜਾਈਏ ਮੈਂ ਕਹਿੰਦਾ ਵੀ ਬੰਦੇ ਨੂੰ ਨਾ ਬਿਜਲੀਆਂ ਲੱਗਣ ਵਰਗਾ ਕਰ ਦਿੰਦੇ ਵੀ ਇੰਨਾ ਮਤਲਬ ਪਰੇਸ਼ਾਨ ਕਰੀ ਕਰ ਦਿੰਦੇ ਤੇ ਉਹਨਾਂ ਵੇਲੇ ਚ ਧਨ ਸੀ ਉੱਥੋਂ ਦੇ ਸਮੇਂ ਦੇ ਮਿਸਤਰੀ ਉਸ ਸਮੇਂ ਦੇ ਬਣਵਾਉਣ ਵਾਲੇ ਰਾਜੇ ਤੇ ਜੇ ਉਸ ਸਮੇਂ ਦੇ ਨਕਸ਼ਾ ਨਵੀਸ ਵੀ ਨਕਸ਼ਾ ਇਸ ਕਿਸਮ ਨਾਲ ਬਣਾਉਦੇ ਸੀ ਕਿ ਗਰਮੀ ਜਿੰਨੀ ਮਰਜ਼ੀ ਹੋਵੇ ਤੇ ਠੰਡਕ ਮਿਲੇ ਮੈਂ ਇੱਥੇ ਥੱਲੇ ਗਿਆ ਥੋੜਾ ਜਿਹਾ ਮਤਲਬ ਠੰਡਾ ਠੰਡਾ ਮਹਿਸੂਸ ਹੁੰਦਾ ਇਸ ਕਿਸਮ ਦੇ ਨਾਲ ਸਾਰਾ ਬਣਾਇਆ ਹੋਇਆ ਵਾ ਤੇ ਆਜੋ ਆਪਾਂ ਨੂੰ ਹੋਰ ਵੀ ਅੱਗੇ ਦੇਖਦੇ ਹਾਂ ਤੇ ਕਿੰਨਾ ਕੁ ਖੂਬਸੂਰਤ ਆ ਆ ਦੇਖੋ ਦਰਸ਼ਕੋ ਇਸ ਕਿਸਮ ਦੇ ਆ ਦੋ ਦੋ ਡਬਲ ਡਬਲ ਥਮਲੇ ਲੱਗੇ ਹੋਏ ਆ ਇੱਥੇ ਆਉ ਉਸ ਸਮੇਂ ਦੀ ਆ ਸਾਰਾ ਇਧਰ ਜੇਲਾਂ ਵੀ ਬਣੀਆਂ ਹੋਈਆਂ ਨੇ ਪ੍ਰਾਣੀਆਂ ਹੁਣ ਲੋਕਾਂ ਨੇ ਪੱਠੇ ਡੱਥੇ ਆਪਦੇ ਪਾ ਕੇ ਜਿੰਦੇ ਲਾਏ ਹੋਏ ਆ ਤੇ ਆ ਜਿਹੜੀਆਂ ਗਰਿੱਲਾਂ ਆ ਹਨਾ ਇਹ ਪ੍ਰਾਣੀ ਲੱਗੇ ਹੋਏ ਆ ਇੱਥੇ ਸਾਰਾ ਕੁਝ ਪ੍ਰਾਣਾ ਹੀ ਆ ਇੱਥੇ ਤੇ ਆ ਜਿੱਥੇ ਫਿਰ ਰਹੇ ਆ ਇਹਦੇ ਥੱਲੇ ਵੀ ਇੱਕ ਗੂ ਗੈਸ ਸਕੋ ਤੇ ਗੁਫਾਾਂ ਗੂ ਹੈਗਾ ਚੀਜ਼ ਬਚ ਬਣੀ ਹੋਈ ਤੇ ਇੱਥੇ ਗੁਫਾਵਾਂ ਆਮ ਹੀ ਹੁੰਦੀਆਂ ਸੀ ਆ ਸਾਰਾ ਇਧਰ ਦੀ ਆ ਰਹੇ ਹੋ ਤੁਸੀਂ ਦੇਖ ਸਕਦੇ ਹੋ ਆਓ ਮੇਰੇ ਨਾਲ ਆ ਦੇਖੋ ਇਧਰ ਦੀ ਪੌੜੀਆਂ ਤਾਂ ਚੜਦੀਆਂ ਨੇ ਇੱਥੋਂ ਦੀ ਆਜੇ ਗਾਠਾਂ ਲੱਗੀਆਂ ਨੇ ਉਸ ਸਮੇਂ ਦੀਆਂ ਉਹ ਸਭ ਦਾ ਇੱਥੇ ਕੋਸਮਾ ਸਕੂਲ ਵੀ ਲਿਆ ਰਿਹਾ ਹੋਵੇ ਥਾਣਾ ਹਿੱਸਾ ਦਾ ਥਾਣਾ ਰਿਆ ਸੀ ਮਤਲਬ ਇੱਥੇ ਥਾਣਾ ਇੱਕ ਮੈਂ ਦੇਖੀ ਆ ਵੀ ਕਿਲੇ 'ਚ ਖੁਸ਼ ਹੋਰ ਬਣਾਉਣ ਨਾ ਬਣਾਉਣ ਥਾਣਾ ਜ਼ਰੂਰ ਬਣਾਉਣ ਨੂੰ ਮੈਂਟ ਲਾਉਂਦੇ ਆ ਮਤਲਬ ਥਾਣਾ ਬਣਾ ਦੇਣਗੇ ਹਨਾ ਮਤਲਬ ਥਾਣੇ ਦੇ ਵਿੱਚ ਕਦਰ ਕਿਹਨੇ ਕਰਨੀ ਹੈ ਕਦਰ ਤਾਂ ਕਿਸੇ ਨੇ ਵੀ ਨਹੀਂ ਕਰਨੀ ਜਿੱਥੇ ਬੰਦੇ ਦੀ ਕਦਰ ਨਹੀਂ ਹੁੰਦੀ ਤੇ ਕਿਲੇ ਦੀ ਕਦਰ ਕਿਹਨੇ ਕਰਨੀ ਆ ਮਤਲਬ ਇਸ ਕਸੂंद्रा ਅੰਦਰ ਖੁੱਲਾ ਢੁੱਲਾ ਬਣਿਆ ਹੋਇਆ ਹੈ ਤੇ ਇਹ ਇਹ ਮਹਿਲ ਨੁਮਾ ਚੀਜ਼ ਹੈ ਮਹਿਲ ਵਰਗਾ ਹੈ ਆਥਲੋ ਦਖੰਮ ਵੀ ਦੀਆਂ ਛੱਤਾਂ ਡਿੱਗ ਰਹੀਆਂ ਨੇ ਇਸ ਵਕਤ ਆ ਦੇਖਿਓ ਆ ਥੱਲੇ ਥੱਲੇ ਵੀ ਸੀਗੀ ਛੱਤਾਂ ਇਸ ਵਕਤ ਆ ਆਹ ਚੀਜ਼ਾਂ ਬਚੀਆਂ ਨੇ ਤੇ ਹੱਥ ਥੱਲੇ ਡਿੱਗ ਚੁੱਕਿਆ ਸਾਰਾ ਕੁਝ ਆ ਛੱਤਾਂ ਡਿੱਗ ਚੁੱਕੀਆਂ ਨੇ ਥੱਲੇ ਵਾਲੇ ਪੋਰਸ਼ਨ ਦੀਆਂ ਆ ਸਾਰੀਆਂ ਛੱਤਾਂ ਡਿੱਗ ਚੁੱਕੀਆਂ ਨੇ ਇੱਥੋਂ ਦੀਆਂ ਤੇ ਇੱਧਰ ਵੀ ਤੁਹਾਨੂੰ ਹੋਰ ਚੀਜ਼ ਦਿਖਾ ਦਿਆਂ ਮੈਂ ਇਹ ਆਹ ਦੇਖੋ ਇੱਧਰ ਦੀ ਆਹ ਚੀਜ਼ ਵੀ ਇੱਥੇ ਇੱਕ ਦੋ ਤਿੰਨ ਛੱਤਾਂ ਸੀ ਇੱਕ ਤੀਜੀ ਦੇ ਥੱਲੇ ਆ ਇਸ ਕਸਮ ਦੇ ਨਾਲ ਥੱਲੇ ਬਣਾਇਆ ਹੋਇਆ ਵਾ ਗੁਫਾ ਨਮਾ ਕਿਹਾ ਜਾਂਦਾ ਸੀ ਨਾ ਇੱਥੋਂ ਦੀ ਗੁਫਤ ਦਰਵਾਜ਼ੇ ਵੀ ਹੁੰਦੇ ਸੀ ਸੁਰੰਗਾਂ ਵੀ ਹੁੰਦੀਆਂ ਸੀ ਜਿਹਦੇ ਨਾਲ ਕੀ ਸੀ ਕਿ ਵਕਤ ਪੈਂਡ ਤੇ ਬੰਦਾ ਭੱਜ ਕੇ ਪਰੇ ਉਰੇ ਹੋ ਸਕਦਾ ਸੀ ਰਾਜਾ ਆਪਣੇ ਪਰਿਵਾਰ ਨੂੰ ਬਚਾ ਸਕਦਾ ਸੀਗਾ ਜਿਆਦਾਤਰ ਇੱਥੇ ਸਿੰਧਿਆ ਪਰਿਵਾਰ ਦਾ ਕਬਜ਼ਾ ਰਿਆ ਤੇ ਸਿੰਧਿਆ ਪਰਿਵਾਰ ਦਾ ਕਬਜ਼ਾ ਗਵਾਲੀਅਰ ਤੇ ਹੁੰਦਾ ਸੀਗਾ ਸਮੇਂ-ਸਮੇਂ ਤੇ ਗਵਾਲੀਅਰ ਤੇ ਵੀ ਬਹੁਤ ਸਾਰੇ ਰਾਜਾਂ ਨੇ ਕਬਜ਼ੇ ਕੀਤੇ ਸੀ ਪਰ ਉਸ ਤੋਂ ਬਾਅਦ ਆਖਰ ਦੇ ਉੱਤੇ ਜਦੋਂ ਅੰਗਰੇਜ਼ ਆ ਗਏ ਤੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਆਪਣੇ ਇਹਨਾਂ ਨੇ ਪੱਕੇ ਤੌਰ ਤੇ ਸਿੰਧੀਆਂ ਨੇ ਆਪ ਦਾ ਕਬਜ਼ਾ ਕਰ ਲਿਆ ਸੀ 47 ਤੋਂ ਪਹਿਲਾਂ ਇਹ ਸਟੇਟ ਸੀ ਉਸ ਤੋਂ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਮਿਲਾ ਲਿਆ ਗਿਆ ਭਾਰਤ ਸਰਕਾਰ ਨੇ ਆਪਣੇ ਨਾਲ ਕਰ ਲਿਆ ਉਦੋਂ ਜਿੰਨੀਆਂ ਵੀ ਇਹ ਰਿਆਸਤਾਂ ਹੁੰਦੀਆਂ ਸੀ ਸਾਰੀਆਂ ਖਤਮ ਕਰ ਦਿੱਤੀਆਂ ਸੀ ਮਤਲਬ ਇਸ ਕਸਮ ਦਾ ਇੱਕ ਖੂਬਸੂਰਤ ਕਿਲਾ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵੀਂ ਗੱਲਬਾਤ ਲੈ ਕੇ ਆਪਾਂ ਰूबरू ਹੋਵਾਂਗੇ ਤਦ ਤੱਕ ਲਈ ਸਸਵੇਕਾਲ ਮਿਹਰਬਾਨੀ